ਸ਼ਸ਼ੀਕਾਲ ਜੀ ਮੇਰੀ ਇਸ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਅਸੀਂ ਜੀ ਪੰਜਾਬੀ ਕਿਚਨ 'ਚ ਤੁਹਾਡੇ ਲਈ ਲੈ ਕੇ ਆਏ ਹਾਂ ਖੀਰ ਪੂੜੇ ਦੀ ਰੈਸਪੀ ਇਹਦੀ ਰੈਸਪੀ ਮੈਂ ਪਹਿਲਾਂ ਵੀ ਪਾ ਚੁੱਕੀ ਹਾਂ ਅੱਜ ਸਿਰਫ ਅਸੀਂ ਕਿਉਂਕਿ ਬਾਰਿਸ਼ ਹੋ ਰਹੀ ਆ ਤੇ ਬੱਚਿਆਂ ਦਾ ਮਨ ਸੀ ਕਿ ਮੰਮੀ ਅੱਜ ਖੀਰ ਪੂੜੇ ਬਣਾਏ ਜਾਣ ਕਿਉਂਕਿ ਸਾਵਣ ਦਾ ਮਹੀਨਾ ਹੈ ਤੇ ਸਾਵਣ ਦੀ ਮੇਨ ਰੈਸਪੀ ਹੈ ਸਾਡੇ ਖੀਰ ਪੂੜੇ ਪੰਜਾਬੀਆਂ ਦੀ ਤੇ ਕਈ ਲੋਕਾਂ ਨੂੰ ਜਿਹੜੇ ਆਪਣੇ ਅਨਦਰ ਮਤਲਬ ਕਿ ਜਿਸ ਤਰ੍ਹਾਂ ਮਹਾਰਾਸ਼ਟਰ ਤੋਂ ਹੋਏ ਜਾਂ ਫਿਰ ਬਿਹਾਰ ਤੋਂ ਹੋਏ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਖੀਰ ਪੂੜੇ ਜਾਂ ਪੂੜੇ ਕਿਸ ਤਰ੍ਹਾਂ ਬਣਦੇ ਆ ਤੇ ਅੱਜ ਵਾਲੀ ਜਿਹੜੀ ਰੈਸਪੀ ਆ ਮੈਂ ਉਹਨਾਂ ਵਾਸਤੇ ਲੈ ਕੇ ਆ ਚੁੱਕੀ ਹਾਂ ਮੈਂ ਤਿਆਰੀ ਕਰ ਚੁੱਕੀ ਹਾਂ ਸਿਰਫ ਪੂੜੇ ਬਣਾਉਣੇ ਆ ਆਹ ਦੇਖੋ ਜੀ ਸਮਾਨ ਮੈਂ ਪਹਿਲਾਂ ਹੀ ਰੈਡੀ ਕਰ ਚੁੱਕੀ ਹਾਂ ਆਹ ਮੈਂ ਪੂੜਿਆਂ ਦਾ ਜਿਹੜਾ ਸਮਾਨ ਆ ਉਹ ਰੈਡੀ ਕਰ ਚੁੱਕਿਆ ਪੂੜੇ ਬਣਾਉਣ ਵਾਸਤੇ ਕੀ ਕਰਿਆ ਜਿੰਨੇ ਤੁਸੀਂ ਲੋਕ ਹੈ ਉਸ ਹਿਸਾਬ ਨਾਲ ਤੁਸੀਂ ਜਿਹੜੀ ਸ਼ੱਕਰ ਆ ਉਹ ਘੋਲਣੀ ਹੈ ਜੇਕਰ ਤੁਸੀਂ ਘਰ ਵਿੱਚ ਚਾਰ ਜਣੇ ਖਾਣੇ ਵਾਲੇ ਆ ਤਾਂ ਤੁਸੀਂ ਪਾਈਆ ਸ਼ੱਕਰ ਲੈਣੀ ਆ ਅਤੇ ਉਹਨੂੰ ਇੱਕ ਵੱਡੇ ਗਿਲਾਸ ਪਾਣੀ ਦੇ ਵਿੱਚ ਘੋਲ ਕੇ ਰੱਖ ਦੇਣਾ ਅਤੇ ਤਕਰੀਬਨ ਅੱਧਾ ਪੌਣਾ ਘੰਟੇ ਦੇ ਵਿੱਚ ਉਹ ਮੈਲਟ ਹੋ ਜੂਗੀ ਅਤੇ ਜਦੋਂ ਉਹ ਮੈਲਟ ਹੋ ਗਈ ਉਸ ਤੋਂ ਬਾਅਦ ਤੁਸੀਂ ਇੱਕ ਐਡਾ ਵੱਡਾ ਭਾਂਡਾ ਲੈਣਾ ਅਤੇ ਉਹਦੇ ਵਿੱਚ ਜਿੰਨੇ ਉਸ ਹਿਸਾਬ ਨਾਲ ਤੁਸੀਂ ਪਾਈਆ ਸ਼ੱਕਰ ਲਈ ਆ ਤਾਂ ਅੱਧਾ ਕੇ ਜੀ ਆਟਾ ਬਹੁਤ ਆ ਤਾਂ ਤੁਸੀਂ ਥੋੜ੍ਹਾ ਥੋੜ੍ਹਾ ਆਟਾ ਐਡ ਕਰਦੇ ਹੋਏ ਸ਼ੱਕਰ ਜਿਹੜੀ ਆ ਉਹਨੂੰ ਛਾਲੀ ਨਾਲ ਛਾਣ ਕੇ ਪਾਉਣਾ ਹੈ ਪਾਣੀ ਨੂੰ ਕਿਉਂਕਿ ਕਈ ਵਾਰੀ ਸ਼ੱਕਰ ਬਣਾਉਂਦੇ ਟਾਈਮ ਉਹਦੇ ਵਿੱਚ ਕੋਈ ਡੱਕਾ ਵਗੈਰਾ ਰਹਿ ਜਾਂਦਾ ਤਾਂ ਉਹ ਤੁਹਾਡੇ ਇਸ ਵਿੱਚ ਨਾ ਆਵੇ ਇਸ ਲਈ ਤੁਸੀਂ ਛਾਣ ਕੇ ਪਾਉਣਾ ਹੈ ਇਸ ਤੋਂ ਇਲਾਵਾ ਜਦੋਂ ਤੁਸੀਂ ਇਹਦੇ ਵਿੱਚ ਪਾਉਂਦੇ ਜਾਣਾ ਤਾਂ ਇਸ ਨੂੰ ਕੜਛੀ ਨਾਲ ਐਂ ਚਲਾਉਂਦੇ ਜਾਣਾ ਤਾਂ ਕਿ ਇਸ ਦੇ ਵਿੱਚ ਕੋਈ ਲੰਪਸ ਨਾ ਰਹਿ ਜਾਵੇ ਅਤੇ ਜਿਹੜਾ ਤੁਹਾਡਾ ਬੈਟਰ ਆ ਉਹ ਇਸ ਹਿਸਾਬ ਦੇ ਹੋਣਾ ਚਾਹੀਦਾ ਮਤਲਬ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਡੋਸੇ ਦਾ ਬੈਟਰ ਬਣਾਉਂਦੇ ਆ ਉਸ ਹਿਸਾਬ ਦੇ ਬੈਟਰ ਹੋਣਾ ਚਾਹੀਦਾ ਇਸ ਵਿੱਚ ਕੋਈ ਵੀ ਮਿੱਠਾ ਸੋਡਾ ਬੇਕਿੰਗ ਸੋਡਾ ਕੁਛ ਵੀ ਪਾਉਣ ਦੀ ਲੋੜ ਨਹੀਂ ਹੈ ਕਿਉਂਕਿ ਜਦੋਂ ਸ਼ੱਕਰ ਬਣਾਉਂਦੇ ਹਾਂ ਤਾਂ ਇਸ ਵਿੱਚ ਮਿੱਠਾ ਸੋਡਾ ਪਾਇਆ ਜਾਂਦਾ ਇਸ ਲਈ ਤੁਹਾਨੂੰ ਅਲੱਗ ਤੋਂ ਮਿੱਠਾ ਸੋਡਾ ਪਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਇਹ ਮੇਰਾ ਬੈਟਰ ਦੇਖੋ ਜੀ ਰੈਡੀ ਹੋ ਚੁੱਕਿਆ ਅਤੇ ਇਹ ਇੱਕ ਮੈਂ ਗੱਤੇ ਦਾ ਟੁਕੜਾ ਲੈ ਲਿਆ ਵੈਸੇ ਤਾਂ ਆਲਮੋਸਟ ਅਗਰ ਪਿੰਡਾਂ ਦੇ ਵਿੱਚ ਅਸੀਂ ਪੂੜੇ ਬਣਾਉਂਦੇ ਹਾਂ ਤਾਂ ਪਿੱਪਲ ਦਾ ਪੱਤਾ ਤੋੜ ਕੇ ਲਿਆਉਂਦੇ ਹਾਂ ਅਤੇ ਉਹਦੇ ਨਾਲ ਬਣਾਉਂਦੇ ਹਾਂ ਅਤੇ ਇੱਥੇ ਹੁਣ ਪਿੱਪਲ ਦਾ ਪੱਤਾ ਨਹੀਂ ਮੈਨੂੰ ਮਿਲਿਆ ਤਾਂ ਮੈਂ ਗੱਤੇ ਦੇ ਟੁਕੜਾ ਲਿਆ ਇਹ ਦੇਖੋ ਇਸ ਤਰ੍ਹਾਂ ਅਤੇ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਿਆ ਅੱਛੀ ਤਰ੍ਹਾਂ ਕਲੀਨ ਕਰ ਲਿਆ ਆਹ ਦੇਖੋ ਜੀ ਅਤੇ ਇਸ ਸਾਈਡ ਤੋਂ ਆਹਲੀ ਸਾਈਡ ਸਾਨੂੰ ਨੀਚੇ ਰੱਖਣੀ ਹੈ ਅਤੇ ਇਸ ਸਾਈਡ ਤੋਂ ਅਸੀਂ ਇਸ ਨੂੰ ਫੈਲਾਵਾਂਗੇ ਉਸ ਤੋਂ ਇਲਾਵਾ ਆਹ ਦੇਖੋ ਜੀ ਤਵਾ ਮੈਂ ਰੱਖ ਦਿੱਤਾ ਅਤੇ ਇਸ ਨੂੰ ਅਸੀਂ ਬਣਾਉਣ ਲਈ ਆਹ ਦੇਖੋ ਕੱਚਾ ਇਹ ਸਰ੍ਹੋਂ ਦਾ ਤੇਲ ਆ ਇਹ ਤੁਸੀਂ ਕੱਚਾ ਲੈਣਾ ਅਤੇ ਰਿਫਾਇੰਡ ਆਇਲ ਨਹੀਂ ਲੈਣਾ ਘੀ ਨਹੀਂ ਲੈਣਾ ਸਿਰਫ ਸਰ੍ਹੋਂ ਦੇ ਤੇਲ 'ਚ ਬਣਾਉਣਾ ਅਤੇ ਇਸ ਤਰ੍ਹਾਂ ਦੇਖੋ ਜੀ ਜੇਕਰ ਤੁਹਾਡੇ ਕੋਲ ਬ੍ਰੱਸ਼ ਵੀ ਨਹੀਂ ਹੈ ਤਾਂ ਤੁਸੀਂ ਕਿਸੇ ਡੱਕੇ ਨੂੰ ਕੱਪੜਾ ਬੰਨ ਲੈਣਾ ਅਤੇ ਉਹਦੇ ਵਿੱਚ ਉਹਨੂੰ ਬੰਨ ਕੇ ਫਿਰ ਇਸ ਤਰ੍ਹਾਂ ਇਸ ਦੇ ਉੱਪਰ ਫੈਲਾਉਣਾ ਉਸ ਤੋਂ ਇਲਾਵਾ ਇਸ ਤਰਫ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਜੀ ਖੀਰ ਅਸੀਂ ਬਣਾ ਲਈਏ ਇਹ ਸਾਡੀ ਖੀਰ ਬਣ ਕੇ ਰੈਡੀ ਹੋ ਚੁੱਕੀ ਹੈ ਇਹ ਦੇਖੋ ਜੀ ਅਤੇ ਇਹ ਪੂੜੇ ਖਾਏ ਜਾਂਦੇ ਆ ਸਾਵਣ ਦੀ ਮੇਨ ਡਿਸ਼ ਆ ਸਾਡੇ ਪੰਜਾਬ ਦੀ ਅਤੇ ਆਓ ਬਣਾਉਣਾ ਸ਼ੁਰੂ ਕਰਦੇ ਹਾਂ ਆ ਲਓ ਜੀ ਤਵਾ ਸਾਡਾ ਗਰਮ ਹੋ ਚੁੱਕਿਆ ਅਤੇ ਗੈਸ ਦਾ ਫਲੇਮ ਮੈਂ ਸਲੋ ਕਰਤਾ ਹੁਣ ਸਭ ਤੋਂ ਪਹਿਲਾਂ ਅਸੀਂ ਇਹਦੇ ਉੱਪਰ ਸਰ੍ਹੋਂ ਦਾ ਤੇਲ ਲਗਾਵਾਂਗੇ ਆ ਲਓ ਜੀ ਤਵੇ 'ਤੇ ਚੰਗੀ ਤਰ੍ਹਾਂ ਸਰ੍ਹੋਂ ਦਾ ਜਿਹੜਾ ਆਇਲ ਆ ਚੰਗੀ ਤਰ੍ਹਾਂ ਲਗਾ ਦਿਓ ਇਹ ਦੇਖੋ ਜੀ ਫੈਲਾ ਤਾ ਤਵਾ ਤੁਹਾਡੇ ਕੋਲ ਲੋਹੇ ਦਾ ਹੋਵੇ ਨੋਨ ਸਟਿੱਕੀ ਹੋਵੇ ਕੋਈ ਵੀ ਹੋਵੇ ਇਸ ਨੂੰ ਤੁਸੀਂ ਕਿਸੇ ਵੀ ਤਵੇ 'ਤੇ ਬਣਾ ਸਕਦੇ ਹਾਂ ਕੋਈ ਜ਼ਰੂਰੀ ਨਹੀਂ ਕਿ ਮੈਂ ਨੋਨ ਸਟਿੱਕੀ ਤਵਾ 'ਤੇ ਬਣਾਉਣੀ ਹੈ ਤਾਂ ਤੁਹਾਡੇ ਕੋਲ ਨੋਨ ਸਟਿੱਕੀ ਹੋਣਾ ਚਾਹੀਦਾ ਬਹੁਤ ਸਾਰੇ ਲੋਕ ਜੋ ਖਾਣੇ ਦੇ ਵੀਡੀਓ ਬਣਾਉਂਦੇ ਆ ਉਹ ਜਦੋਂ ਪੂੜੇ ਬਣਾਉਂਦੇ ਆ ਤਾਂ ਇਹਦੇ ਵਿੱਚ ਬੇਕਿੰਗ ਸੋਡਾ ਪਾਉਂਦੇ ਆ ਪਰ ਮੈਂ ਤੁਹਾਨੂੰ ਦੱਸਿਆ ਕਿ ਸ਼ੱਕਰ ਦੇ ਵਿੱਚ ਆਲਮੋਸਟ ਬੇਕਿੰਗ ਸੋਡਾ ਪਹਿਲਾਂ ਹੀ ਮਿਲਿਆ ਹੁੰਦਾ ਹੈ ਅਤੇ ਤੁਹਾਨੂੰ ਬੇਕਿੰਗ ਸੋਡਾ ਮਿਲਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜ਼ਿਆਦਾ ਬੇਕਿੰਗ ਸੋਡਾ ਹੈਲਥ ਵਾਸਤੇ ਵੀ ਠੀਕ ਨਹੀਂ ਹੈ ਅਤੇ ਉਸ ਨਾਲ ਸਾਡਾ ਪੇਟ ਵਗੈਰਾ ਖਰਾਬ ਹੋ ਸਕਦਾ ਆਹ ਲਓ ਜੀ ਹੁਣ ਮੈਂ ਕੜਛੀ ਦੇ ਵਿੱਚ ਜਿਹੜਾ ਬੈਟਰ ਆ ਉਹ ਚੱਕ ਲਿਆ ਅਤੇ ਜਿੱਡਾ ਵੱਡਾ ਤੁਸੀਂ ਪੂੜਾ ਬਣਾਉਣਾ ਚਾਹੁੰਦੇ ਆ ਉਸ ਹਿਸਾਬ ਦਾ ਤੁਸੀਂ ਜਿਹੜਾ ਬੈਟਰ ਆ ਉਹ ਇਹਦੇ 'ਤੇ ਪਾਉਣਾ ਹੁਣ ਦੇਖੋ ਜੀ ਇਹਨੂੰ ਇਸ ਸਾਈਡ 'ਤੇ ਪਕੜ ਲਿਆ ਸੀ ਅਤੇ ਇਸ ਨੂੰ ਅੱਛੀ ਤਰ੍ਹਾਂ ਇਸ ਸਾਈਡ 'ਤੇ ਇੱਦਾਂ ਘੁਮਾਉਂਦੇ ਹੋਏ ਆਹ ਲਓ ਜੀ ਇਸ ਤਰ੍ਹਾਂ ਅੱਛੀ ਤਰ੍ਹਾਂ ਘੁਮਾਓ ਇਹ ਲਓ ਜੀ ਇੱਦਾਂ ਇਸ ਨੂੰ ਇਸ ਤਰ੍ਹਾਂ ਤੁਸੀਂ ਪਤਲਾ ਕਰ ਦੇਣਾ ਕਿਉਂਕਿ ਇਹ ਮੋਟਾ ਪੂੜਾ ਜਿਹੜਾ ਖਾਣੇ 'ਚ ਸਵਾਦ ਨਹੀਂ ਲੱਗਦਾ ਆਹ ਦੇਖੋ ਜੀ ਇਸ ਦਾ ਆ ਲਓ ਜੀ ਮੈਂ ਪੂੜਾ ਫੈਲਾ ਦਿੱਤਾ ਪਰ ਇਸ ਦਾ ਇੱਕ ਧਿਆਨ ਤੁਸੀਂ ਜ਼ਰੂਰ ਰੱਖਣਾ ਕਿ ਤੁਸੀਂ ਪੂੜਾ ਸਿਰਫ ਇੱਕ ਸਾਈਡ 'ਤੇ ਪਗਾਉਣਾ ਕਈ ਲੋਕ ਕੀ ਕਰਦੇ ਆ ਕਿ ਪਹਿਲਾਂ ਇਸ ਸਾਈਡ ਤੋਂ ਘੁਮਾਤਾ ਫਿਰ ਦੂਸਰੀ ਸਾਈਡ ਤੋਂ ਘੁਮਾਤਾ ਫਿਰ ਜਿਉਂ ਜਿਉਂ ਅਸੀਂ ਪੂੜੇ ਬਣਾਉਂਦੇ ਹਾਂ ਉਹ ਇਸ ਨਾਲ ਚਿਪਕਣ ਲੱਗ ਜਾਂਦੇ ਆ ਫਿਰ ਉਹ ਉਸਦਾ ਉਨਾ ਅੱਛੀ ਤਰ੍ਹਾਂ ਪੂੜਾ ਨਹੀਂ ਬਣਦਾ ਇਸ ਲਈ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਇਸ ਨੂੰ ਇਸ ਸਾਈਡ ਤੋਂ ਪਕੜ ਕੇ ਇੱਦਾਂ ਘੁਮਾਉਂਦੇ ਹੋਏ ਇੱਕੋ ਸਾਈਡ ਨਾਲ ਘੁਮਾਉਣਾ ਤਾਂ ਕਿ ਇੱਕ ਸਾਈਡ ਜਿਹੜੀ ਸਾਡੀ ਆ ਉਹ ਕਲੀਨ ਰਹੇ ਆ ਲਓ ਜੀ ਹੁਣ ਮੈਂ ਗੈਸ ਆਪਣਾ ਮੀਡੀਅਮ ਕਰ ਦਿੰਦੀ ਹਾਂ ਅਤੇ ਪਹਿਲਾਂ ਪੂੜੇ ਨੂੰ ਅਸੀਂ ਇੱਕ ਸਾਈਡ ਤੋਂ ਸਿਕਣ ਦਿੰਦੇ ਹਾਂ ਆ ਲਓ ਜੀ ਸਾਡਾ ਜਿਹੜਾ ਪੂੜਾ ਉਹ ਇੱਕ ਸਾਈਡ ਤੋਂ ਸਿੱਖ ਚੁੱਕਾ ਅਤੇ ਹੁਣ ਆਹ ਦੇਖੋ ਜੀ ਤੁਸੀਂ ਇਸ ਤਰ੍ਹਾਂ ਦਾ ਕੋਈ ਪਲਟਾ ਲੈ ਲੈਣਾ
तो हूँ असं इसमें दूसरी साइड आ देखो बिल्कुल अच्छी तरह निकल के आ गया। ये देखो इस अगर थोड़ा लगे कि इस साइड तो थोड़ा थोड़ा पूरा सुका सुका है तो तुम इस पर थोड़ा जहा ऑयल लगा सकते हैं, पर मैनू लगाने की जरूरत नहीं है क्योंकि मेरा तवा जोड़ा है नॉन स्टिक ही आ, इसलिए इसमें ज़्यादा ऑयल लाने की जरूरत नहीं पैंती। और वैसे भी मैं थोड़ा ऑयल घट ही खानी हाँ। तो आ लो जी हूँ इस तरह इसमें दबाते हुए दोनों साइड तो अच्छी तरह सेक लवेंगे। आ देखो जी साडा जिहड़ा पूड़ा है वह दोनों साइड तो अच्छी तरह सिक चुके है। आ देखो जी हूँ मैं इन्हों उठा के प्लेट में रख दिनी हूँ, तो इस तरह ही मैं सारे पूड़े बना के रेडी कर लाँगी। पूड़े का कलर शक्कर के उपर डिपेंड करता है, अगर थोड़ी शक्कर बिल्कुल ब्राउन कलर की है या लाल कलर की है तो थोड़ा पूड़ा जोड़ा है वो रैड कलर का बन के आऊगा। अगर थोड़ी शक्कर जी वाइट कलर की है थोड़ी कई बार बहुत ही चिट्टी जी शक्कर होंगी है तो थोड़ा पूड़ा थोड़ा वाइट वाइट दिखाई देगा। यह नहीं कि वह टेस्ट में कोई फर्क होगा, सिर्फ कलर से ही फर्क होगा। आज पूड़ा साडा बन के रेडी हो चुका है, तो इस तरह ही मैं दूसरा पूड़ा बना के भी रेडी कर लूँगी। आ लो जी साढ़े खीर पूड़े बन के रेडी हो चुके हैं, तो खीर आ देखो जी तुम देख ही सकते हैं खीर के मिठा नहीं पाना। मैं थोड़ा पहला भी अपनी रेसिपी से दस चुकी हूँ खीर पूड़े वाली, क्योंकि मिठे असं पूड़े बना रहे हैं तो अगर खीर च भी मिठा पा दूंगे तो फिर वो पूड़े उन्हें खाने टेस्ट ही नहीं लगते। अगर तुम मिठा खाना चाहते हैं तो बाद चीज़ में शक्कर पा के खा सकते हैं, पर जो तुम बनाना है तो जी खीर उन्होंने फिक्की बनाना है तो पूड़े नाल मिठे। तो अगर थोड़ा मन करता अगर तुम इन अचार के नाल भी खा सकते हैं, अंब के अचार नाल जो पूड़े बहुत ही ज़्यादा स्वाद लगते हैं, तो एक बार जरूर खाओ तो घर में जरूर बनाओ। सावन का महीना हले चल रहा है तो जो भी थोड़े कितने जिधर तुम रहने बारिश होवे तो एक बार खीर पूड़े का आनंद जरूर लियो। तो यह मेरी खीर पूड़े की रेसिपी बन के रेडी हो चुकी है जी। अगर थोड़ा खीर पूड़े मेरे पसंद आए हैं तो प्लीज़ प्लीज़ मेरे पंजाबी किचन चैनल में सबसक्राइब करो, लाइक एंड शेयर करो, तो कमेंट करके जरूर दस्यो कि थोड़ा ये मेरी रेसिपी किदां दी लगी। थैंक यू।